ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵਿੰਦਰ ਸਿੰਘ ਸਿੱਧੂ, ਰਜਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਹੁਣ ਆਮ ਆਦਮੀ ਪਾਰਟੀ ਦੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਛੁੱਟੀ ਹੋਊਗੀ, ਕਿਉਂਕਿ ਮੰਤਰੀ ਸਾਹਿਬ ਕੱਲ ਮੰਨ ਤਾਂ ਜ਼ਰੂਰ ਗਏ ਨੇ ਕਿ ਮੇਰੀ ਉਹ ਆਡੀਓ ਹੈਗੀ ਹੈ, ਪਰ ਕਹਿੰਦੇ ਕਿ ਉਸ ਤਰੀਕੇ ਦੀ ਕਿਸੇ ਦੀ ਗੱਲਬਾਤ ਜਿਹੜੀ ਉਹ ਨਹੀਂ ਕੀਤੀ ਗਈ। ਪਰ ਜਿਸ ਤਰੀਕੇ ਨਾਲ ਸੌਦੇਬਾਜ਼ੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਉਸ ਤੋਂ ਲੱਗਦਾ ਹੈ ਕਿ ਮੰਤਰੀ ਸਾਹਿਬ ਕੁਝ ਨਾ ਕੁਝ ਜਿਹੜਾ ਛੁਪਾ ਜ਼ਰੂਰ ਰਹੇ ਆ। ਤਾਂ ਜਿਹੜੇ ਇਲਜ਼ਾਮ ਲਗਾਉਣ ਵਾਲੇ ਆ ਉਹ ਵੀ ਆਮ ਆਦਮੀ ਪਾਰਟੀ ਦੇ ਹੀ ਵਰਕਰ ਆ, ਆਮ ਆਦਮੀ ਪਾਰਟੀ ਦੇ ਹੀ ਪੁਰਾਣੇ ਵਲੰਟੀਅਰ ਆ, ਮੰਤਰੀ ਤੋਂ ਵੀ ਪਹਿਲਾਂ ਦੇ ਉਹ ਪਾਰਟੀ ਦੇ ਵਿੱਚ ਨੇ। ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਇਹ ਵਿਰੋਧੀ ਜਾਂ ਫਿਰ ਕਹਿ ਦਈਏ ਆਪਾਂ ਮੀਡੀਆ ਦੇ ਵੱਲੋਂ ਨਹੀਂ ਲਗਾਏ ਗਏ, ਇਹ ਆਪਣੇ ਹੀ ਬੰਦਿਆਂ ਦੇ ਵੱਲੋਂ ਉਹਨਾਂ ਦੇ ਵੱਲੋਂ ਲਗਾਏ ਗਏ ਆ। ਤੇ ਕੀ ਹੁਣ ਮੰਤਰੀ ਦੀ ਛੁੱਟੀ ਹੋਊਗੀ, ਕਾਰਵਾਈ ਹੋਊਗੀ, ਕੀ ਭਗਵੰਤ ਮਾਨ ਐਕਸ਼ਨ ਲੈਣਗੇ, ਇਸ ਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ, ਨਾਲ ਹੀ ਨਾਲ ਗੱਲਬਾਤ ਕਰਾਂਗੇ। ਉੱਧਰ ਕਾਂਗਰਸ ਦੇ ਵਿੱਚ ਵੀ ਰਫੜ ਪੈ ਗਿਆ, ਸੁਖਪਾਲ ਸਿੰਘ ਖਹਿਰਾ ਤੇ ਪ੍ਰਤਾਪ ਸਿੰਘ ਬਾਜਵਾ ਇੱਕ ਪਾਸੇ ਹੋ ਗਏ ਨੇ, ਪਤਾ ਲੱਗਿਆ ਤੇ ਰਾਜਾ ਵੜੇਂਗੇ ਇਕੱਲੇ ਰਹਿ ਗਏ ਨੇ। ਤੇ ਸੁਖਪਾਲ ਖਹਿਰਾ ਨੂੰ ਝਟਕਾ ਦੇਣ ਦੇ ਲਈ ਕੱਲ ਪਿਰਮਲ ਸਿੰਘ ਧੌਲਾ ਨੂੰ ਵੀ ਜਿਹੜਾ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ, ਜਦਕਿ ਦੂਜੇ ਪਾਸੇ ਜਿਹੜੀਆਂ ਪਾਰਟੀ ਗਤੀਵਿਧੀਆਂ ਦਾ ਕਾਰਨ ਦੱਸਿਆ ਗਿਆ, ਤੇ ਦੂਜੇ ਪਾਸੇ ਹੋਰ ਵੀ ਬਹੁਤ ਸਾਰੇ ਲੀਡਰ ਜਿਹੜੇ ਸੀਗੇ ਜਿਹੜੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ, ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ। ਪਿਰਮਲ ਧੌਲਾ ਨੂੰ ਹੀ ਕਾਰਵਾਈ ਦੇ ਲਈ ਕਿਉਂ ਚੁਣਿਆ ਗਿਆ, ਉਸ ਤੇ ਗੱਲਬਾਤ ਨਾਲ ਹੀ ਨਾਲ ਗੱਲਬਾਤ ਕਰਾਂਗੇ। ਆਮ ਆਦਮੀ ਪਾਰਟੀ ਦੇ ਇੱਕ ਵੱਡੇ ਘਪਲੇ ਦੇ ਬਾਰੇ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਵੱਡਾ ਬੱਸ ਘੁਟਾਲਾ ਕੀਤਾ ਹੈ ਦਿੱਲੀ ਦੇ ਵਿੱਚ। ਕੀ ਉਹ ਬੱਸ ਘੁਟਾਲਾ, ਅਰਵਿੰਦ ਕੇਜਰੀਵਾਲ ਤੇ ਇਲਜ਼ਾਮ ਲੱਗੇ ਨੇ, ਸਾਰੀਆਂ ਖਬਰਾਂ ਤੇ ਵਿਸਥਾਰ ਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸਭ ਤੋਂ ਪਹਿਲਾਂ ਸਰ, ਮੰਤਰੀ ਵਾਲੀ ਖਬਰ ਤੇ ਗੱਲਬਾਤ ਕਰ ਰਹੇ ਹਾਂ, ਆਪਾਂ ਵੀ ਕੱਲ ਦੇ ਇਸੇ ਖਬਰ ਤੇ ਲੱਗੇ ਹੋਏ ਹਾਂ। ਪਹਿਲਾਂ ਤਾਂ ਇਹ ਨਹੀਂ ਸੀ ਕਨਫਰਮ ਹੋ ਰਿਹਾ ਕਿ ਮੰਤਰੀ ਸਾਹਿਬ ਦੀ ਆਡੀਓ ਹੈਗੀ ਵੀ ਆ ਜਾਂ ਨਹੀਂ ਹੈਗੀ, ਬਾਅਦ ਦੇ ਵਿੱਚ ਮੰਤਰੀ ਸਾਹਿਬ ਕਹਿੰਦੇ ਆਡੀਓ ਤਾਂ ਮੇਰੀ ਹੀ ਹੈ, ਪਰ ਕਹਿੰਦੇ ਇਹਦੇ ਵਿੱਚ ਕੋਈ ਗੱਲਬਾਤ ਨਹੀਂ ਉਹ ਜਿਹੀ ਕੀਤੀ ਗਈ, ਸਿੰਪਲ ਸਾਧ ਦੀ ਜਿਹੜੀ ਗੱਲਬਾਤ ਹੈ, ਪਰ ਗੱਲਾਂ ਬਾਤਾਂ ਵਿੱਚ ਸੌਦੇਬਾਜ਼ੀ ਦੀਆਂ ਹੋ ਰਹੀਆਂ ਤੇ ਜਿਹੜੇ ਬੰਦੇ ਨਾਲ ਜਿਹੜੇ ਆਪਣੇ OSG ਨਾਲ ਉਹ ਗੱਲਬਾਤ ਕਰ ਰਹੇ, ਉਹਦੇ ਨਾਲ ਵੀ ਮੇਰੀ ਕੱਲ ਇੱਕ ਇੰਟਰਵਿਊ ਹੋਈ, ਹੋ ਸਕਦਾ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸੁਣੀ ਵੀ ਹੋਊਗੀ। ਉਹ ਸਿੱਧੇ ਤੌਰ ਤੇ ਇਲਜ਼ਾਮ ਲਗਾ ਰਿਹਾ, ਕਹਿੰਦਾ ਕਿ ਹੋਰ ਵੀ ਬਹੁਤ ਸਾਰੇ ਮੇਰੇ ਕੋਲੇ ਸਬੂਤ ਹੈਗੇ ਆ, ਤੇ ਕਹਿੰਦੇ ਇਹਨਾਂ ਦੇ ਵੱਲੋਂ ਪੂਰਾ ਜਿਹੜਾ ਉੱਥੇ ਚੱਕਿਆ ਗਿਆ ਕੰਮ ਹੈ ਇਹੋ ਜਿਹੇ ਮਸਲਿਆਂ ਦੇ ਵਿੱਚ, ਤੇ ਕਹਿੰਦੇ ਇਹ ਚਾਹੁੰਦੇ ਸੀਗੇ ਕਿ ਜੇ ਗਲਤ ਕੰਮ ਕਰਨ ਵਾਲੇ ਬੰਦਿਆਂ ਤੋਂ ਪੈਸੇ ਪੂਸੇ ਲੈ ਲਏ ਜਾਣ, ਸੌਦੇਬਾਜ਼ੀ ਕਰ ਲਈ ਜਾਵੇ। ਤੇ ਉਹ ਤਾਂ ਆਪਦਾ ਹੀ ਵਲੰਟੀਅਰ, ਆਮ ਆਦਮੀ ਪਾਰਟੀ ਦਾ ਕੋਈ ਬਗਾਨਾ ਤਾਂ ਨਹੀਂ ਗਾ, ਕੋਈ ਮੀਡੀਆ ਵਾਲਾ ਨਹੀਂ, ਕੋਈ ਕਾਂਗਰਸ ਦਾ ਨਹੀਂ, ਕੋਈ ਅਕਾਲੀ ਦਲ ਜਾਂ ਬੀਜੇਪੀ ਦਾ ਨਹੀਂ, ਉਹਨਾਂ ਦਾ ਆਪਦਾ ਹੀ ਬੰਦਾ। ਤਾਂ ਕੀ ਲੱਗਦਾ ਹੁਣ ਵਿਜੇ ਸਿੰਗਲਾ ਵਾਂਗੂ ਕਾਰਵਾਈ ਜਿਹੜੀ ਹੈ ਤੇ ਹੋਊਗੀ, ਜਾਂ ਫਿਰ ਭਗਵੰਤ ਮਾਨ ਹੋਣੀ ਜਾਂ ਅਰਵਿੰਦ ਕੇਜਰੀਵਾਲ ਰਾਘਵ ਚੱਡੇ ਹੋਣੀ ਕੰਨਾਂ 'ਚ ਗੁੱਲੀਆਂ ਦੇ ਕੇ ਆਰਾਮ ਨਾਲ ਬੈਠੇ ਰਹਿਣਗੇ? ਸੁਖਵਿੰਦਰ ਜੀ, ਤੁਸੀਂ ਪ੍ਰਸ਼ਨ ਦੇ ਵਿੱਚ ਇੰਨੀ ਗੱਲ ਕੀਤੀ ਕਿ ਸਿੰਗਲੇ ਦੇ ਖਿਲਾਫ ਕਾਰਵਾਈ, ਸਿੰਗਲੇ ਵਾਂਗੂ ਇਹਦੇ ਖਿਲਾਫ ਕਾਰਵਾਈ ਹੋਊਗੀ। ਅਗਰ ਵੇਖਿਆ ਜਾਵੇ ਤੇ ਸਿੰਗਲੇ ਦੇ ਖਿਲਾਫ ਹੀ ਕਾਰਵਾਈ ਕੀ ਹੋਈ, ਉਸੇ ਤਰੀਕੇ ਨਾਲ ਉਹ ਪਾਰਟੀ 'ਚ ਮੌਜੂਦ ਆ। ਉਹ ਜ਼ਮਾਨਤ ਵਾਲੀ ਗੱਲ ਆ ਗਈ ਨਾ, ਕੱਲ ਆਪਾਂ ਕਹਿੰਦੇ ਜ਼ਮਾਨਤ ਨਹੀਂ ਮਿਲ ਚਾਹੀਦੀ ਜੀ, ਬਿਲਕੁਲ ਬਿਲਕੁਲ। ਚਲੋ ਘੱਟੋ ਘੱਟ ਉਹਨੂੰ ਬਰਖਾਸਤ ਤਾਂ ਕੀਤਾ ਗਿਆ ਨਾ, ਉਹ ਵੀ ਸੋਚਦਾ ਹੋਣਾ ਯਾਰ ਜੇ ਮੈਨੂੰ ਕੱਢਿਆ ਗਿਆ ਇਹਨੂੰ ਵੀ ਕੱਢੋ। ਨਹੀਂ ਹੁਣ ਸੋਚਿਆ ਹੋਊਗਾ ਨਾ, ਮਤਲਬ ਪਰ ਅੱਜ ਦੀ ਤਰੀਕ ਦੇ ਵਿੱਚ ਵੀ ਅਜੇ ਤੱਕ ਪਾਰਟੀ ਦੇ ਵਿੱਚ ਮੌਜੂਦ ਹੈਗਾ ਮੰਤਰੀ, ਤਾਂ ਚਲੋ ਨਹੀਂ ਹੈਗਾ, ਪਰ MLA ਕੋਈ ਖਾਸ ਉਹਦੇ ਖਿਲਾਫ ਕਾਰਵਾਈ ਹੋਈ ਨਹੀਂ। ਜਿਸ ਤਰੀਕੇ ਦੀ ਆਮ ਆਦਮੀ ਪਾਰਟੀ ਇਹ ਦਾਅਵੇ ਕਰਦੀ ਰਹੀ ਆ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟਾਲਰੈਂਸ ਦੇ ਤਹਿਤ ਕੰਮ ਕੀ ਕਰਾਂਗੇ, ਤੇ ਜੇਕਰ ਉਹਦੇ ਬਾਵਜੂਦ ਵੀ ਉਹ ਬੰਦੇ ਨੂੰ ਇੱਕ ਡਰਾਮਾ ਜਿਹਾ ਕਰਕੇ, ਮੈਨੂੰ ਤੇ ਹੁਣ ਉਹ ਡਰਾਮਾ ਲੱਗਦਾ ਜਿਸ ਤਰ੍ਹਾਂ ਸਟ੍ਰਿੰਗ ਆਪਰੇਸ਼ਨ ਸੀ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਕਰਕੇ, ਤੇ ਚਲੋ ਆਪੇ ਥਾਂ ਤੇ ਬਹਿ ਗਏ। ਖੈਰ, ਉਹ ਵਿਜੇਇੰਦਰ ਸਿੰਗਲਾ ਦੀ ਗੱਲ ਜਿਹੜੀ ਅਲੱਗ ਤਰ੍ਹਾਂ ਦੀ ਗੱਲ ਆ, ਗੱਲ ਹੁਣ ਫੌਜਾ ਸਿੰਘ ਸਰਾਰੀ ਦੀ ਗੱਲ ਕਰਦੀ ਹੈ। ਫੌਜਾ ਸਿੰਘ ਸਰਾਰੀ ਵੇਖੋ, ਆਮ ਆਦਮੀ ਆ ਵਿਚਾਰਾ ਮੰਨ ਵੀ ਗਿਆ ਆਪਣੇ ਭੋਲੇਪਨ, ਹਾਂਜੀ ਕਹਿੰਦਾ ਮੇਰਾ ਹੀ ਆਈਡੀਓ ਆ, ਜੇ ਕੋਈ ਹੋਰ ਕੋਈ ਮੰਤਰੀ ਹੁੰਦਾ ਜਾਂ ਕੋਈ ਕਿਸੇ ਹੋਰ ਪਾਰਟੀ ਦਾ ਬੰਦਾ ਹੁੰਦਾ ਤਾਂ ਉਹਨਾਂ ਕਹਿੰਦਾ ਨਾ ਨਾ ਇਹ ਤੇ ਮੇਰੀ ਆਵਾਜ਼ ਦੀ ਕੀਤੀ ਗਈ ਹੈ, ਮੇਰੀ ਆਵਾਜ਼ ਹੀ ਨਹੀਂ। ਦੇਖੋ ਪਰ ਫਿਰ ਵੀ ਆਮ ਆਦਮੀ ਬੰਦੇ ਹੀ ਨੇ, ਆਮ ਆਦਮੀ ਹੈਗੇ ਆ ਤੇ ਆਮ ਆਦਮੀ ਉਹ ਮੰਨ ਗਏ ਕਿ ਹਾਂਜੀ ਹੈਗੀ ਹੈ, ਪਰ ਹੈ ਐਡਿਟ ਕੀਤੀ ਹੈ। ਚਲੋ ਇਸ ਤਰੀਕੇ ਨਾਲ ਕਰ ਦਈਏ। ਸੁਖਵਿੰਦਰ ਜੀ, ਜੇ ਤਾਂ ਇਹ ਇਲਜ਼ਾਮ ਕਿਸੇ ਦੂਜੇ ਵਿਅਕਤੀ ਨੇ ਲਾਏ ਹੁੰਦੇ, ਕਿਸੇ ਦੂਜੀ ਪਾਰਟੀ ਨੇ ਲਾਏ ਹੁੰਦੇ, ਤਾਂ ਫਿਰ ਤੇ ਇਹ ਗੱਲ ਮੰਨੀ ਜਾ ਸਕਦੀ ਕਿ ਹਾਂ ਭਾਈ ਕੋਈ ਨੀ, ਸਭ ਸਭ ਪਾਰਦਰਸ਼ਤਾ, ਐਵੇਂ ਹੀ ਆਮ ਆਦਮੀ ਪਾਰਟੀ ਦੇ ਇਹਨਾਂ ਬੰਦਿਆਂ ਨੂੰ ਬਦਨਾਮ ਕਰਨ ਦੀਆਂ ਰਾਜਨੀਤਿਕ ਚਾਲਾਂ ਨੇ। ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੀ ਆਪਣੇ ਉਹਨਾਂ MLA ਦੇ, ਉਹਨਾਂ ਵਿਧਾਇਕਾਂ ਦੇ ਉੱਤੇ ਇਲਜ਼ਾਮ ਲਾ ਰਹੇ ਨੇ ਜਿਹੜੇ ਪਹਿਲਾਂ ਉਹਨਾਂ ਦੇ ਕਰੀਬੀ ਹੋਣਗੇ, ਤਾਂ ਫਿਰ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਕਿੰਨਾ ਕੁ ਤੁਸੀਂ ਝੂਠ ਬੋਲੋਗੇ? ਆਟੇ 'ਚ ਲੂਣ ਤਾਂ ਗੁੰਨਿਆ ਜਾ ਸਕਦਾ, ਇਕੱਲਾ ਲੂਣ ਨਹੀਂ ਗੁੰਨਿਆ ਜਾ ਸਕਦਾ। ਹੁਣ ਅੱਜ ਸਾਰੀਆਂ ਅਖਬਾਰਾਂ, ਚਲੋ ਅਸੀਂ ਤਾਂ ਖਬਰ ਕੱਲ੍ਹ ਹੀ ਕਰਦੇ, ਅੱਜ ਸਾਰੀਆਂ ਅਖਬਾਰਾਂ 'ਚ ਨਿਊਜ਼ ਪੇਪਰਾਂ 'ਤੇ ਉਹ ਪੂਰੀ ਜਿਹੜੀ ਇੰਟਰਵਿਊ ਜਿਹੜੀ ਹੋਈ ਆ ਆਈਡੀਓ ਉਹਦੀ ਤਫਤੀਸ਼ ਜਿਹੜਾ ਡਾਟਾ
हाँ तू गल करना करा की आ जी गल मुकदी है वह गल करो। सुखविंदर जी वो मुकदी गल वाला पॉइंट जो अभी आप कल भी डिस्कस किया सारा कुछ सामने आ जाता कि हाँ भाई इन्हों के जोड़े मंशे की सन। हूँ प्रश्न हैगा कि भगवंत जो किया कि भगवंत मान की सरकार राघव चड्ढा होनी करे की। सुखविंदर जी इस वे मुख्यमंत्री साहब जर्मन के दौरे पर है, जर्मन तो 7-8 दिन बाद आवा राघव चड्ढा होनी दिल अपने चंडीगढ़ बैठे ने, वो हुण कह सकते हैं कि वेखो जी मैं तो कोई अधिकार खेतर ही नहीं, ये संबंधी तो कार्रवाई मुख्यमंत्री साहब ने करनी है जां कोई इहो जी गल नहीं। तो फिर मुख्यमंत्री साहब जो आउणगे सुखविंदर जी दूसरे पास गल यह भी है कि हुण हौली हौली राजनीतिक गुर वो भी सीखते जा रहे हैं, राजनीतिक चालां भगवंत मान ने भी सीखनियां। सब तो वड्डी चाल है कि जिन्ना मर्जी कोई बंदा बोलता रहे तुसीं चुप ही रहना, जिस तरीके नाल अजकल भगवंत मान उसे तरीके नाल चुप रहिंदे जिस तरीके नाल प्रकाश सिंह बादल होनी चुप रहे। जिहड़े बंदे दे तुसीं अज तक सबूत जनतक नहीं कीते, जिहड़े बंदे दे बारे तुसीं अज तक कुछ दस्या नहीं कि विजय सिंगला दे बारे कि भाई भगवंत मान कहिंदे कि मेरे कोल इहदे कोल लोड़ींदा सबूत हैगे आ, मेरे कोल मन्निया भी है, तां ओह बंदे दे तुसीं सबूत जनतक नहीं कीते, अदालत दे विच भी नहीं दे सके, ओह बंदे नूं तुसीं बरखास्त कर। जिहड़े जिहड़े बंदे दी आडियो पब्लिक डोमेन दे विच आ गई है ते ओह भी जिहड़ा दिखाउण वाला आडियो जां सुणाउण वाला आडियो ओह भी तुहाडा ही बंदा होवे, जिवें भगवंत मान भी आम आदमी पार्टी दे बंदे आ ਤੇ ਜਿਵੇਂ ਭਗਵੰਤ ਮਾਨ ਕਹਿੰਦੇ ਸੀਗੇ ਜਿਵੇਂ ਚਾਹੁੰਦਾ ਤੇ ਇਹ ਮਾਮਲਾ ਦਬਾ ਸਕਦਾ ਸੀ, ਨਾ ਮੀਡੀਆ ਕੋਲ ਸੀ ਨਾ ਵਿਰੋਧੀਆਂ ਕੋਲੇ ਸੀ, ਤਾਂ ਫਿਰ ਇਹਦੇ ਵਿੱਚ ਮੈਂ ਕਾਰਵਾਈ ਕਰਨੀ ਜ਼ਰੂਰੀ ਸਮਝੀ। ਇਹ ਵੀ ਇਸੇ ਤਰੀਕੇ ਦਾ ਹੀ ਮਸਲਾ, ਨਾ ਮੀਡੀਆ ਕੋਲੇ ਨਾ ਵਿਰੋਧੀਆਂ ਕੋਲੇ ਆ, ਆਪਣੇ ਬੰਦੇ ਦੇ ਕੋਲੇ ਆ, ਜਦਕਿ ਵਿਜੇ ਸਿੰਗਲਾ ਤਾਂ ਹਾਲੇ ਤੱਕ ਕੋਈ ਪਬਲਿਕ ਡੋਮੇਨ ਦੇ ਵਿੱਚ ਕੋਈ ਸਬੂਤ ਵੀ ਨਹੀਂ ਆਇਆ, ਤਾਂ ਸਬੂਤ ਵੀ ਆ ਗਿਆ, ਚਲੋ ਘੱਟੋ ਘੱਟ ਜੇ ਕੋਈ ਸਜ਼ਾ ਨਹੀਂ ਦੇਣੀ ਘੱਟੋ ਘੱਟ ਇਹੀ ਕਹਿ ਦਿਓ ਕਿ ਜਾਂਚ ਕਰਾਂਗੇ, ਪਰ ਜਾਂਚ ਕਰਾਂਗੇ ਇਹਨੂੰ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਕੇ ਤਾਂ ਜੋ ਜਾਂਚ ਨੂੰ ਪ੍ਰਭਾਵਿਤ ਨਾ ਕੀਤਾ ਜਾ ਸਕੇ। सुखविंदर जी मैं उही लगा गल करन कि भगवंत मान आण के इही गल करूगा कि जा इस मसले की जांच जिहड़ी आ कीती जा सकदी, इन्नी गल ही कह दे। पर सुखविंदर जी तुसीं वी इह गल जानदे जे बीते, क्योंकि बीते दौर की गल आ जाती है, बीते दौर च किन्नियां जांचां मंत्रियों के सामने खिलाफ होईआं ते उस वेले उस समय के जिहड़े मुख्यमंत्री किस तरीके नाल जेब चुक लीन चिट्टा दे के उन्हां नूं बरी कर दिंदे रहे, जांचां जूंचां जिहड़ियां होंदियां ने केवल। पर गल इह आ तूं कहिंदा तूं नहीं ना इह उम्मीद रखदे, जे उही गल्लां करनियां होंदियां तां पिछले वाले ठीक सी, इह तां बदलाव दे तौर ते चुणे होए आ, हालांकि असीं नहीं कहिंदे कि पिछले वाले बहुत चंगे सी, बहुत माड़े करके तां इह चुणे आ। सुखविंदर जी जरूर मैं उदन भी एक दिन तुहाडे नाल गल कीती है, तो यह भी बंदा ही है ना, है तो यह भी सरदार मनुखी है कि जेकर इन्हां दी इहो जी बिरती हो सकती है तो कुदरती तौर पर यह उन्हां दी गल, चलो मजाक की गल आप हल्के फुलके अंदाज की गल ना करिए, गल अभी सीधी यह लगे गल कर कि कुदरती तौर पर भगवंत मान की हुण यह जिम्मेवारी नैतिक जिम्मेवारी बनती है कि तुसीं पहलां उस बंदे कोल मंत्री दे अहुदे तों हटा के इसकी जांच कराओ। पर यह मेरा ख्याल यह होगा नहीं तो ना ही वह कर सकते हैं, क्योंकि कल के प्रोग्राम असीं गल की कि शक्ति के जो दो केंद्र होण, एक केंद्र वो आ कि जिहड़ा दिल्ली बैठा, तो एक केंद्र जिहड़ा चंडीगढ़ बैठा, तो ज्यादा जिहड़ा हाई फाई केंद्र आ वह दिल्ली वाला, तो फौजा सिंह सरारी की जो नियुक्ति होंगी है तो सुखविंदर जी तुहानूं याद होएगा ये वाया दिल्ली ही इसका नाम जो प्रपोज होकर आया सी। सो भगवंत मान चाहते हुए भी शायद ये खिलाफ वो कार्रवाई जी वो नहीं कर सकते, ठीक है ये आइडियो जो जनतक हो गया, पर सुखविंदर जी कोर्ट के योजे आइडिया कोई भी जी मानता आ वह नहीं दी जाती, कोर्ट मैं कोर्ट की जिक्र गल कर रहा हाँ पवित के जेकर आम आदमी पार्टी ने अपने उस अक्स में पेश करना जिहड़ा अक्स लैके वह चोणां दे सरकार बनाई जिस तरीके इन्होंने लोगों ना वादे किए बदलाव की गल की कि असी बदलाव लियावांगे, और कि त्रासदी है वेखो सुखविंदर जी, एक पासे का पंजाब का मुख्यमंत्री भ्रिष्टाचार एक नंबर डाक जिहड़ा आ वह जारी करता, तो दूजे पासे उहदा ही MLA दूसरे बन्ने अपनी टीम के नाल ये गल्लां कर रहा कि तुसीं छापे मारदे आ ते सिर्फ पैसे कट्ठे करदे आ, बन्ना बुन्ना करना कराउणा कुछ नहीं। हुण जदों इहो जी तुहाडी सोच होगी, इहो जी तुहाडी नीयत होगी, तां फिर कुदरती तौर ते ਤੁਹਾਡਾ ਵੀ ਉਹੀ ਹਾਲ ਹੋਣਾ ਕਿ ਜਿਹੜਾ ਪਿਛਲੀਆਂ ਪਾਰਟੀਆਂ ਬੈਠੇ ਨੇ। ਤੁਸੀਂ ਇਹ ਗੱਲ ਦੇਖ ਲਓ ਵੀ ਇੱਕ ਰਿਟਾਇਰਡ ਇੰਸਪੈਕਟਰ ਜਿਹਦੇ ਤੇ ਕਹਿ ਲਈਏ ਆਪਾਂ ਕਿ ਰਿਟਾਇਰਡ ਇੰਸਪੈਕਟਰ ਨੂੰ ਤਾਂ ਮੰਤਰੀ ਬਣਾ ਦਿੱਤਾ ਗਿਆ, ਪਰ ਜਿਹੜਾ ਇੱਕ ਜਿਹਨੇ ਛੱਡੀ ਨੌਕਰੀ ਹੈ IG ਲੈਵਲ ਦਾ ਬੰਦਾ ਸੀਗਾ, ਜਿਹੜਾ ਜਿਹਨੇ ਗੁਰੂ ਸਾਹਿਬਾਨਾਂ ਦੇ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਰਕੇ, ਸਾਡੇ ਸਿੱਖ ਭਾਈਚਾਰੇ ਦੀ ਨੱਕ ਬਚਾਉਣ ਦੇ ਕਰਕੇ, ਜਿਹੜਾ ਇਨਸਾਫ਼ ਦਬਾਉਣ ਦੇ ਕਰਕੇ ਆਪਣੀ ਏਡੀ ਵੱਡੀ ਨੌਕਰੀ ਛੱਡ ਦਿੱਤੀ, ਜਿਸ ਨੌਕਰੀ ਦੇ ਅੱਗੇ MLA ਕੱਖ ਨਹੀਂ, ਉਹਨੂੰ ਤਾਂ ਸਿਰਫ MLA ਰਹਿਣ ਤਾ, ਉਹ ਜਿਹੜਾ ਇਮਾਨਦਾਰੀ ਦਾ ਪੁੰਜ ਮੰਨਿਆ ਜਾਂਦਾ ਸੀ। ਜੇ ਸਭ ਤੋਂ ਜ਼ਿਆਦਾ ਇਮਾਨਦਾਰੀ ਦੀ ਆਪਾਂ ਗੱਲ ਕਰੀਏ ਇਮਾਨਦਾਰ ਅਫਸਰਾਂ ਦੇ ਵਿੱਚੋਂ, ਤਾਂ ਸਭ ਤੋਂ ਇਮਾਨਦਾਰ ਅਫਸਰ ਜਿਹੜਾ ਕੁੰਵਰ ਵਿਜੇ ਪ੍ਰਤਾਪ ਨੂੰ ਕਿਹਾ ਜਾਂਦਾ ਸੀ, ਜਦੋਂ ਕਿਸੇ ਨੇ ਇਨਸਾਫ਼ ਲੈਣਾ ਸੀ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਉਣਾ ਸੀ, ਤਾਂ ਹਰੇਕ ਬੰਦਾ ਕਹਿੰਦਾ ਸੀ ਕਿ ਸਾਡੀ ਇਨਕੁਆਇਰੀ ਜਿਹੜੀ ਆ ਕੁੰਵਰ ਵਿਜੇ ਪ੍ਰਤਾਪ ਨੂੰ ਦਿੱਤੀ ਜਾਵੇ। ਉਹ ਬੰਦਾ ਤਾਂ ਜਿਹੜਾ ਉਹਨੂੰ ਮੰਤਰੀ ਤੋਂ ਬਿਨਾਂ ਹੀ ਬਿਠਾਇਆ ਹੋਇਆ, ਤੇ ਜਿਹੜਾ ਰਿਟਾਇਰਡ ਇੰਸਪੈਕਟਰ ਸੀ
ਜਿਹਦੀ ਕੋਈ ਕਾਬਲੀਅਤ ਬਹੁਤੀ ਲੱਗਦਾ ਨਹੀਂ ਸੀ। ਮੈਨੂੰ ਲੱਗਦਾ ਕਿ ਕੁੰਵਰ ਵਿਜੇ ਪ੍ਰਤਾਪ ਦੇ ਐਨ ਕਿਸੇ ਨੌ ਬਰਾਬਰ ਵੀ ਉਹ ਹੋਵੇ, ਉਹ ਬੰਦੇ ਨੂੰ ਜੇ ਮੰਤਰੀ ਤੁਸੀਂ ਚੁਣ ਲਿਆ, ਚਲੋ ਅਸੀਂ ਇਸ ਚੀਜ਼ ਤੇ ਸਵਾਲ ਨਹੀਂ ਚੁੱਕ ਰਹੇ, ਪਰ ਗੱਲ ਇਹ ਹੈ ਕਿ ਜਿਹੜੇ ਬੰਦਾ ਡਿਜ਼ਰਵ ਕਰਦਾ ਸੀ ਉਹਨੂੰ ਤਾਂ ਤੁਸੀਂ ਦਿੱਤਾ ਨਹੀਂ, ਔਰ ਜਿਹੜਾ ਬੰਦਾ ਡਿਜ਼ਰਵ ਨਹੀਂ ਸੀ ਕਰਦਾ, ਘੱਟ ਡਿਜ਼ਰਵ ਕਰਦਾ ਸੀ, ਉਹ ਬੰਦੇ ਨੂੰ ਤੁਸੀਂ ਜੇ ਮੰਤਰੀ ਬਣਾ ਦਿੰਦੇ ਹੋ ਤਾਂ ਫਿਰ ਅਜਿਹੇ ਹਾਲਾਤ ਬਣਨਗੇ। ਸੁਖਵਿੰਦਰ ਜੀ ਬੜੀ ਵਧੀਆ ਤੁਸੀਂ ਉਦਾਹਰਨ ਜਿਹੜੀ ਆ ਉਹ ਦਿੱਤੀ ਆ ਪ੍ਰੋਗਰਾਮ ਦੇ ਵਿੱਚ ਕੰਵਰ ਵਿਜੇ ਪ੍ਰਤਾਪ ਦੀ। ਸੁਖਵਿੰਦਰ ਜੀ ਜੇਕਰ ਅਸੀਂ ਇਸ ਗੱਲ ਨੂੰ ਕਰੀਏ ਕਿ ਉਹ MLA ਜਿਹੜਾ ਪਹਿਲਾਂ ਇੱਕ SHO ਸੀ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦੇ ਰੈਂਕ ਦਾ ਅਧਿਕਾਰੀ ਸੀ, ਤਾਂ ਉਹ ਅਧਿਕਾਰੀ ਜਦੋਂ MLA ਬਣਦਾ ਤਾਂ MLA ਬਣਦਿਆਂ ਸਾਰੀ ਉਹ ਪੂਰਨ ਤੌਰ 'ਤੇ ਤਾਕੜ ਤੋਂ ਹਮਲੇ ਕਰਨੇ ਸ਼ੁਰੂ ਕਰ ਦਿੰਦਾ ਕਿ ਮਾਲ ਬੱਤਾ ਇਕੱਠਾ ਕਰਨਾ, ਅਤੇ ਫਿਰ ਸੁਖਵਿੰਦਰ ਜੀ ਜਦੋਂ ਉਹ ਪੁਲਿਸ ਅਫਸਰ ਨੌਕਰੀ ਕਰਦਾ ਹੋਊਗਾ ਫਿਰ ਉਹਦਾ ਕਾਰਜਕਾਲ ਕਿਹੋ ਜਿਹਾ ਹੋਵੇਗਾ, ਫਿਰ ਉਸ ਕਾਰਜਕਾਲ ਦੇ ਵਿੱਚ ਕੀ ਉਸਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੋਵੇਗੀ, ਕਿ ਆਪਣੀ ਉਸ ਡਿਊਟੀ ਦੇ ਦੌਰਾਨ ਕਦੇ ਉਹਨੇ ਲੋਕਾਂ ਨਾਲ ਇਨਸਾਫ਼ ਕੀਤਾ ਹੋਊਗਾ, ਉਦੋਂ ਵੀ ਫਿਰ ਉਹਨੇ ਉਹ ਕੀਤਾ ਹੋਊਗਾ। ਜੇ ਆਮ ਆਦਮੀ ਪਾਰਟੀ ਨੇ ਬਾਕੀ ਇਮਾਨਦਾਰ ਬੰਦੇ ਇਕੱਠੇ ਕੀਤੇ ਆ, ਜੇ ਆਮ ਆਦਮੀ ਪਾਰਟੀ ਨੇ ਬਾਕੀ ਇਮਾਨਦਾਰਾਂ ਦੀ ਸਰਕਾਰ ਚਲਾਉਣੀ ਹੈ, ਤਾਂ ਫਿਰ ਦੱਸ ਦੇਣ ਕਿ ਕੁੰਵਰ ਵਿਜੇ ਪ੍ਰਤਾਪ ਦੇ ਵਿੱਚ ਕੀ ਖਰਾਬੀ ਸੀ, ਕਿਹੜੀ ਖਰਾਬੀ ਦੇ ਕਰਕੇ, ਕਿਹੜੇ ਜਿਹੜਾ ਆਪਾਂ ਕਹਿ ਦਈਏ ਐਕਸਪੀਰੀਅੰਸ ਘੱਟ ਹੋਣ ਦੇ ਕਰਕੇ ਉਹਨਾਂ ਨੂੰ ਜਿਹੜਾ ਕੈਬਨਿਟ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਦੂਜੇ ਪਾਸੇ ਤੁਸੀਂ ਸਾਰੇ ਪੰਜਾਬ 'ਚ ਉਸ ਬੰਦੇ ਦਾ ਨਾਮ ਵਰਤਿਆ, ਮੈਨੂੰ ਲੱਗਦਾ ਅੱਧੀਆਂ ਸੀਟਾਂ ਕੁੰਵਰ ਵਿਜੇ ਪ੍ਰਤਾਪ ਦੇ ਕਰਕੇ ਆ ਗਈਆਂ ਹੋਣੀਆਂ, ਤੇ ਕੁੰਵਰ ਵਿਜੇ ਪ੍ਰਤਾਪ ਦਾ ਜੰਮ ਕੇ ਜਿਹੜਾ ਇਹਨਾਂ ਨੇ ਨਾਮ ਵਰਤਿਆ, ਤੇ ਪਿੰਡ ਪਿੰਡ ਦੇ ਕੋਨੇ ਕੋਨੇ ਤੇ ਕੁੰਵਰ ਵਿਜੇ ਪ੍ਰਤਾਪ ਸ਼ਾਮਿਲ ਹੋਣ ਦਾ ਜਿਹੜਾ ਇਹਨਾਂ ਨੇ ਵੋਟ ਲਾਇਆ ਆਮ ਆਦਮੀ ਪਾਰਟੀ ਨੇ, ਯਾਨੀ ਅੱਧੀਆਂ ਤਾਂ ਸੀਟਾਂ, ਮੈਂ ਜ਼ਿਆਦਾ ਨਹੀਂ ਜੇ ਕਹਾਂ ਤਕਰੀਬਨ ਅੱਧੀਆਂ ਸੀਟਾਂ ਤੇ ਜ਼ਰੂਰ ਪ੍ਰਭਾਵ, ਵੈਸੇ ਤਾਂ ਪੂਰੇ ਪੰਜਾਬ 'ਚ ਪ੍ਰਭਾਵ ਪਿਆ ਕਿਉਂਕਿ ਜ਼ਿਆਦਾਤਰ ਪੇਂਡੂ ਖੇਤਰ ਦੇ ਵਿੱਚ ਵੋਟਰ ਹੈਗੇ ਆ ਪੰਜਾਬ ਦੇ, ਤਾਂ ਸਾਰੇ ਪੂਰੇ ਪੰਜਾਬ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦੇ ਆਉਣ ਦਾ ਪ੍ਰਭਾਵ ਪਿਆ, ਤੇ ਜਿਹੜੇ ਬੰਦੇ ਦੇ ਕਰਕੇ ਤੁਹਾਨੂੰ ਅੱਧੀਆਂ ਤੋਂ ਜ਼ਿਆਦਾ ਵੋਟਾਂ ਪੈ ਗਈਆਂ, ਜਿਹੜਾ ਬੰਦਾ ਇਮਾਨਦਾਰੀ ਦਾ ਪੁੰਜ ਮੰਨਿਆ ਜਾਂਦਾ ਹੋਵੇ, ਜਿਹੜਾ ਬੰਦਾ ਵਾਕਈ ਇਮਾਨਦਾਰ ਹੋਵੇ, ਜੇ ਤੁਸੀਂ ਉਹਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਨਹੀਂ ਕਰਦੇ ਤਾਂ ਫਿਰ ਤੁਹਾਡੀ ਇਮਾਨਦਾਰੀ ਦਾ ਤਾਂ ਫਿਰ ਰੱਬ ਹੀ ਰਾਖਾ। ਕੁਦਰਤੀ ਤੌਰ ਤੇ ਉਹਦੇ ਉੱਤੇ ਪ੍ਰਸ਼ਨ ਚਿੰਨ੍ਹ ਤਾਂ ਸੁਖਵਿੰਦਰ ਜੀ ਲੱਗੇਗਾ। ਬਾਕੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸ਼ਾਮਿਲ ਨਾ ਕਰਨ ਦਾ ਵੱਡਾ ਕਾਰਨ ਸੁਖਵਿੰਦਰ ਜੀ ਇਹ ਆ ਕਿ ਉਹ ਬੰਦਾ ਪੜ੍ਹਿਆ ਲਿਖਿਆ, ਉਹ ਵੀ ਉਸੇ ਕਾਡਰ ਦਾ ਬੰਦਾ ਆ ਜਿਸ ਕਾਡਰ ਦੇ ਵਿੱਚ ਅਰਵਿੰਦ ਕੇਜਰੀਵਾਲ ਉਹਨਾਂ ਤੋਂ ਦੂਜੇ ਨੰਬਰ ਤੇ ਆਉਂਦੇ ਆ, ਉਹਨਾਂ ਤੋਂ ਥੱਲੇ ਨੇ। ਜੋ UPSC ਦਾ ਜਾਂ ਆਪਣੇ ਸਿਵਲ ਸਰਵਿਸਿਸ ਦਾ ਜੋ ਪ੍ਰੋਟੋਕੋਲ ਆ ਉਹਦੇ ਵਿੱਚ IFS ਸਭ ਤੋਂ ਟੌਪ ਤੇ ਆ, ਦੂਜੇ ਨੰਬਰ ਤੇ IAS ਆਉਂਦਾ, ਤੇ ਤੀਜੇ ਨੰਬਰ ਤੇ IPS ਆਉਂਦਾ, ਤੇ ਚੌਥੇ ਨੰਬਰ ਤੇ IRS ਆਉਂਦਾ ਜਿਹੜਾ ਅਰਵਿੰਦ ਕੇਜਰੀਵਾਲ ਆ। ਤੇ ਇਸ ਗੱਲ ਦਾ ਉਹਨਾਂ ਨੂੰ ਵੀ ਪਤਾ ਕਿ ਜੇਕਰ ਕੱਲ੍ਹ ਨੂੰ ਅਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੋਈ ਕੈਬਨਿਟ ਵਿੱਚ ਸ਼ਾਮਿਲ ਕਰਦੇ ਤੇ ਜਿਸ ਤਰੀਕੇ ਦਾ ਇਹ ਬੰਦਾ ਪੜ੍ਹਿਆ ਲਿਖਿਆ ਸ਼ਾਇਦ ਉਹਨਾਂ ਨੂੰ ਡੋਮੀਨੇਟ ਕਰਕੇ ਸਾਰਿਆਂ ਨੂੰ ਖਤਮ ਹੀ ਕਰ ਸਕਦਾ, ਸ਼ਾਇਦ ਇਹੋ ਹੀ ਇੱਕ ਡਰ ਆ ਕਿ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਅਸੀਂ ਕਹਿ ਸਕਦੇ ਹਾਈਕਮਾਂਡ ਕੁੰਵਰ ਵਿਜੇ ਪ੍ਰਤਾਪ ਨੂੰ ਵਰਤ ਕੇ, ਮੈਂ ਸ਼ਬਦ ਵਰਤਣ ਕਹਿ ਰਿਹਾ, ਕੁੰਵਰ ਵਿਜੇ ਪ੍ਰਤਾਪ ਨੂੰ ਵਰਤ ਕੇ ਸਾਈਡਲਾਈਨ ਕਰ ਦਿੱਤਾ, ਤੇ ਦੂਜੇ ਪਾਸੇ ਇਹੋ ਜਿਹੇ ਬੰਦੇ ਜਿਹੜੇ ਫੌਜਾ ਸਿੰਘ ਸਰਾਰੀ ਵਰਗੇ ਆ ਜਿਨ੍ਹਾਂ ਨੇ ਫਿਰ ਆਪਣੇ ਕਾਰਜਕਾਲ ਦੌਰਾਨ ਵੀ ਘੱਟ ਨਹੀਂ ਸੁਖਵਿੰਦਰ ਜੀ ਕੀਤੀ ਹੋਊਗੀ, ਕਿਹੜਾ ਪੁਲਿਸ ਅਫਸਰ ਆ ਜਿਹੜਾ ਕਹਿ ਸਕਦਾ ਕਿ ਹਾਂ ਭਾਈ ਖਾਸ ਤੌਰ ਤੇ ਇਸ ਕੇਟਰ ਦੇ ਜਿਹੜੇ ਬੰਦੇ MLA ਲੈਵਲ ਤੇ ਆਣ ਕੇ। ਗੱਲਬਾਤ ਜਿਹੜੀ ਇਸ ਮੁੱਦੇ ਤੇ ਆਪਣੀ ਲੰਬੀ ਹੋ ਜਾ ਰਹੀ ਆ, ਮੈਨੂੰ ਲੱਗਦਾ ਕਿ ਜਿਹੜੀ ਜਲਦ ਤੋਂ ਜਲਦ ਕਾਰਵਾਈ ਜਿਹੜੀ ਆ ਉਹਨਾਂ ਤੇ ਕੀਤੀ ਜਾਣੀ ਚਾਹੀਦੀ ਆ, ਔਰ ਪਤਾ ਲਗਾਉਣਾ ਚਾਹੀਦਾ ਕਿ ਕੌਣ ਗਲਤ ਹੈ, ਕਿਸ ਤਰੀਕੇ ਦੇ ਆਡੀਓ ਦੀ ਜਾਂਚ ਹੋਣੀ ਚਾਹੀਦੀ ਆ, ਔਰ ਮੈਨੂੰ ਲੱਗਦਾ ਕਿ ਮੰਤਰੀ ਨੂੰ ਇਸ ਅਹੁਦੇ ਤੋਂ ਜਿਹੜਾ ਬਰਖਾਸਤ ਕੀਤਾ ਜਾਣਾ ਚਾਹੀਦਾ, ਕਿਉਂਕਿ ਤਕਰੀਬਨ ਲੋਕੀ ਪੰਜਾਬ ਦੇ ਮੰਨ ਚੁੱਕੇ ਆ ਕਿ ਮੰਤਰੀ ਦੀ ਜਿਹੜੀ ਆ ਉਹ ਗਲਤ ਹੈਗੀ ਆ। ਬਾਕੀ ਭਗਵੰਤ ਮਾਨ ਹੋਣੀ ਜਿਹੜੀ ਆਪਣੇ ਤੌਰ ਤੇ ਜਾਂਚ ਕਰ ਲੈਣ, ਉਹਨਾਂ ਦੇ ਜਿਹੜੇ ਵਲੰਟੀਅਰ ਜਿਨ੍ਹਾਂ ਨੇ ਇਲਜ਼ਾਮ ਲਾਇਆ ਮੰਤਰੀ ਦੇ ਸਾਬਕਾ OSD, ਉਹ ਇਹ ਗੱਲ ਕਹਿ ਰਹੇ ਨੇ ਕਿ ਭਾਈ ਜਿਹੜੀ ਆ ਕਿਸੇ ਵੀ ਲੈਬ ਦੇ ਵਿੱਚ ਉਹ ਜਾਂਚ ਕਰਵਾ ਲੈਣ, ਜੇ ਐਡਿਟ ਕੀਤੀ ਹੋਈ ਆ ਇਹ ਆਡੀਓ, ਤਾਂ ਬਾਕੀ ਕਹਿੰਦੇ ਉਹ ਮੇਰੇ ਕੋਲ ਹੋਰ ਵੀ ਸਬੂਤ ਹੈਗੇ ਆ, ਤਾਂ ਮੈਨੂੰ ਲੱਗਦਾ ਕਿ ਭਗਵੰਤ ਮਾਨ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ, ਔਰ ਇਸ ਪੂਰੇ ਮੰਤਰੀ ਦੇ ਉੱਪਰ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਆ, ਤਾਂ ਜੋ ਲੋਕਾਂ ਨੂੰ ਇੰਜ ਨਾ ਲੱਗੇ ਕਿ ਵਿਜੇ ਸਿੰਗਲਾ ਤੇ ਕਾਰਵਾਈ ਤਾਂ ਹੋਊਗੀ ਕਿਉਂਕਿ ਜਿਮਨੀ ਚੋਣਾਂ ਦੇ ਅੰਦਰ ਜਿਹੜੇ ਉਹਨਾਂ ਨੇ ਆਪਣੇ ਨੰਬਰ ਜਿਹੜੇ ਬਣਾਉਣੇ ਸੀਗੇ, ਜਿਮਨੀ ਚੋਣ ਜਿਹੜੀ ਸੰਗਰੂਰ ਦੀ ਹੋਈ ਸੀ ਉਹਦੇ ਵਿੱਚ ਨੰਬਰ ਬਣਾਉਣੇ ਸੀਗੇ, ਅਦਰਵਾਈਜ਼ ਹੋਰ ਕੋਈ ਰੀਜ਼ਨ ਨਹੀਂ ਸੀਗਾ ਕਿ ਵਿਜੇ ਸਿੰਗਲਾ ਨੂੰ। ਹੁਣ ਇੱਥੇ ਵੀ ਜੇ ਕਾਰਵਾਈ ਕਰਦੀ ਆਮ ਆਦਮੀ ਪਾਰਟੀ, ਤਾਂ ਮੈਨੂੰ ਲੱਗਦਾ ਕਿ ਵਾਕਈ ਆਮ ਆਦਮੀ ਪਾਰਟੀ ਦੇ ਇਹ ਕਦਮ ਜਿਹੜਾ ਉਹ ਸਲਾਹੁਣਯੋਗ ਹੋਊਗਾ। ਟਾਂਕੇ ਸਾਹਿਬ ਅਗਲੀ ਖਬਰ ਆਪਾਂ ਲੈ ਲੈਂਦੇ ਹਾਂ। ਅਗਲੀ ਖਬਰ ਇਹ ਹੈ ਕਿ ਰਾਜਾ ਵੜਿੰਗ ਨੇ ਕੱਲ੍ਹ ਪਰਮਲ ਸਿੰਘ ਧੌਲਾ ਜਿਹੜੇ ਆਮ ਆਦਮੀ ਪਾਰਟੀ ਦੇ 2017 ਦੇ ਵਿੱਚ ਵਿਧਾਇਕ ਚੁਣੇ ਗਏ, ਬਾਅਦ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ, ਉਹਨਾਂ ਨੂੰ ਕੱਲ੍ਹ ਪਾਰਟੀ ਦੇ ਵਿੱਚੋਂ ਕੱਢ ਦਿੱਤਾ, ਇਹ ਕਹਿ ਕੇ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਇਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਂਦਾ, ਪਰ ਇਹ ਨਹੀਂ ਦੱਸ ਸਕੇ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਹੈ ਕਿਹੜੀਆਂ ਸੀ। ਜਦਕਿ ਦੂਜੇ ਪਾਸੇ ਰਾਣਾ ਗੁਰਜੀਤ, ਜਿਨ੍ਹਾਂ ਨੇ ਆਪਣੀ ਹੀ ਪਾਰਟੀ ਦਾ ਕੈਂਡੀਡੇਟ ਹਰਾਇਆ, ਆਪਣੇ ਬੇਟੇ ਨੂੰ ਆਜ਼ਾਦ ਖੜਾ ਕਰਕੇ, ਤੇ ਸਿਰਫ ਹਰਾਇਆ ਹੀ ਨਹੀਂ ਉਹਦੇ ਖਿਲਾਫ ਆਪਣੀ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਜੰਮ ਕੇ ਜਿਹੜਾ ਪ੍ਰਚਾਰ ਵੀ ਕੀਤਾ, ਚਰਨਜੀਤ ਸਿੰਘ ਚੰਨੀ ਨੇ ਵੀ ਏਦਾਂ ਹੀ ਕੀਤਾ, ਪ੍ਰਨੀਤ ਕੌਰ ਨੇ ਵੀ ਏਦਾਂ ਹੀ ਕੀਤਾ,
ਉਹਨਾਂ ਤੇ ਤਾਂ ਹਲੇ ਤੱਕ ਕੋਈ ਕਾਰਵਾਈ ਜਿਹੜੀ ਹੈ ਕਰ ਨਹੀਂ ਸਕੇ। ਪਰਮਿੰਦਰ ਸਿੰਘ ਧੌਲਾ ਤੇ ਕਹਿੰਦੇ ਕਾਰਵਾਈ ਇਸ ਕਰਕੇ ਕਰਤੀ ਕਿਉਂਕਿ ਸੁਖਪਾਲ ਸਿੰਘ ਖਹਿਰਾ ਦਾ ਸਾਥੀ ਹੈ, ਸੁਖਪਾਲ ਸਿੰਘ ਖਹਿਰਾ ਤੇ ਰਾਜਾ ਵੜਿੰਗ ਦੀ ਇਹਨਾਂ ਦਿਨਾਂ 'ਚ ਖੜਕ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਵੀ ਕਹਿੰਦੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਨੇ, ਕਹਿੰਦੇ ਕਿ ਦਬਾਅ ਦੇ ਵਿੱਚ ਆ ਕੇ ਅਜਿਹੀ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਹੈ ਜਿਹਨੂੰ ਡਿਪਰੈਸ਼ਨ ਕਹਿ ਦਿੰਦੇ ਆ। ਕਹਿੰਦੇ ਕਿ ਰਾਜਾ ਵੜਿੰਗ ਨੇ ਤਾਂ ਇਹੋ ਜਿਹੀ ਕਾਰਵਾਈ ਕੀਤੀ ਹੈ, ਕਿਵੇਂ ਦੇਖਦੇ ਇਸ ਪੂਰੀ ਚੀਜ਼? ਸੁਖਵਿੰਦਰ ਜੀ, ਪਿਰਮਲ ਸਿੰਘ ਖਾਲਸਾ ਖਾਲਸਾ ਦਾ ਮੇਰਾ ਖਿਆਲ ਪਿਰਮਲ ਸਿੰਘ ਖਾਲਸਾ ਹੀ ਬਚਦਾ ਇਹਦਾ ਨਾਮ, ਇਹਦਾ ਇਹਦਾ ਕੋਈ ਉਹਨਾਂ ਕਾਂਗਰਸ ਦੇ ਵਿੱਚ ਉਹਨਾਂ ਵਿਚਾਰੇ ਦਾ ਵਜੂਦ ਹੈ ਨਹੀਂ, ਕਿਉਂਕਿ ਇਹ ਆਮ ਆਦਮੀ ਪਾਰਟੀ ਚੋਂ ਆਇਆ ਸੀ ਤੇ ਉਸ ਵਕਤ ਆਮ ਆਦਮੀ ਪਾਰਟੀ ਚ ਜਿਹੜੇ ਬੰਦੇ ਆਏ ਉਹਨਾਂ ਨੂੰ ਆਮ ਹੀ ਸਮਝਿਆ ਜਾਂਦਾ ਰਿਹਾ, ਤੇ ਜਿਸ ਕਰਕੇ ਉਹ ਵਿਚਾਰੇ ਲੋਕ, ਮੈਂ ਵਿਚਾਰਾ ਹੀ ਸ਼ਬਦ ਕਹੂੰਗਾ ਕਿਉਂਕਿ ਨਾ ਤਾਂ ਇਹਨੂੰ ਕਾਂਗਰਸ ਨੇ ਉਸ ਵੇਲੇ ਟਿਕਟ ਦਿੱਤੀ, ਅੱਜ 2022 ਦੀਆਂ ਚੋਣਾਂ 'ਚ ਹਾਲਾਂਕਿ ਇਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਇਸ ਬੰਨੇ ਆਏ, ਤਾਂ ਚਲੋ ਉਹ ਇੱਕ ਵੱਖਰੀ ਗੱਲ ਸੀ। ਤੇ ਹੁਣ ਜਿਸ ਤਰੀਕੇ ਨਾਲ ਰਾਜਾ ਵੜਿੰਗ ਨੇ ਸਿਰਫ ਇਸ ਕਰਕੇ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਘੱਟੋ ਘੱਟ ਇਹ ਬਹੁਤ ਸੋਹਣੀ ਤੁਸੀਂ ਗੱਲ ਕੀਤੀ, ਤੇ ਇਹਨਾਂ ਤਾਂ ਦੱਸ ਦਿੰਦੇ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਉਹਨੇ ਕੀਤੀਆਂ ਕੀ ਸੁਖਪਾਲ ਸਿੰਘ ਖਹਿਰੇ ਦੇ ਉਸ ਫੰਕਸ਼ਨ ਦੇ ਵਿੱਚ ਜਾ ਕੇ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਹੋ ਗਈਆਂ ਜਿੱਥੇ ਸੁਖਪਾਲ ਸਿੰਘ ਖਹਿਰਾ ਜਾਂ ਪ੍ਰਤਾਪ ਸਿੰਘ ਬਾਜਵਾ ਬੋਲਦੇ ਪਏ ਸਨ। ਇਹ ਸੁਖਵਿੰਦਰ ਜੀ ਜੋ ਸਾਫ਼ ਆ ਨਾ, ਇਹ ਰਾਜਾ ਵੜਿੰਗ ਦੀ ਅੰਦਰਲੀ ਅਸੀਂ ਕਹਿ ਸਕਦੇ ਹਾਂ ਕਿ ਡਿਪਰੈਸ਼ਨ ਤੁਸੀਂ ਕਹਿ ਲਓ ਜਾਂ ਅੰਦਰਲੀ ਉਸਦੀ ਅੰਦਰੂਨੀ ਮਾਨਸਿਕਤਾ ਜਿਹੜੀ ਆ ਕਿ ਆਮ ਜਿਹੜੇ ਮਾੜੇ ਮੋਟੇ ਕਾਂਗਰਸੀ ਵਰਕਰ ਜਾਂ ਦੂਜੀਆਂ ਪਾਰਟੀਆਂ ਤੋਂ ਛੱਡ ਕੇ ਜਿਹੜੇ ਆਏ ਨੇ ਉਹਨਾਂ ਨੂੰ ਛਾਂਗ ਦਿਓ ਤੇ ਬਾਕੀ ਜਿਹੜੇ ਤਗੜੇ ਨੇ ਉਹਨਾਂ ਦੇ ਸਾਹਮਣੇ ਚੁੱਪ ਕਰ ਜਾਓ। ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਤਿੰਨ ਉਦਾਹਰਣਾਂ ਤੁਸੀਂ ਜੀ ਤੁਸੀਂ ਤਿੰਨ ਉਦਾਹਰਣਾਂ ਦਿੱਤੀਆਂ ਨੇ ਚੰਨੀ ਜੀ ਜੀ ਤਿੰਨ ਉਦਾਹਰਣਾਂ ਤੁਸੀਂ ਤਿੰਨ ਦਿੱਤੀਆਂ ਨੇ, ਇੱਕ ਉਦਾਹਰਣ ਦਿੱਤੀ ਆ ਤੁਸੀਂ ਚੰਨੀ ਦੀ, ਇੱਕ ਦਿੱਤੀ ਆ ਕਪੂਰਥਲੇ ਵਾਲੇ ਰਾਣੇ ਦੀ, ਹੋਰ ਪ੍ਰਦੀਪ ਕੌਰ ਦੀ। ਉਹਨਾਂ ਦੇ ਸੰਬੰਧ ਦੇ ਵਿੱਚ ਤਾਂ ਰਾਜਾ ਵੜਿੰਗ ਪੂਰਨ ਤੌਰ ਤੇ ਚੁੱਪ ਨੇ, ਉਹਨਾਂ ਦੇ ਸੰਬੰਧੀ ਇੰਨੀ ਗੱਲ, ਤੇ ਦੂਜੇ ਪਾਸੇ ਪ੍ਰਨੀਤ ਕੌਰ ਹੁਣੀ ਇੰਨੀ ਗੱਲ ਕਹਿ ਰਹੇ ਨੇ ਕਿ ਜੇ ਤੁਹਾਡੇ ਚ ਹਿੰਮਤ ਹੈਗੀ ਬਸ ਆਹੀ ਕਹੀ ਜਾਂਦੇ ਆ ਕਿ ਕਾਂਗਰਸ ਦਾ ਉਹਨਾਂ ਨੂੰ ਹਿੱਸਾ ਨਾ ਸਮਝਿਆ ਜਾਵੇ, ਉਹਨਾਂ ਨੂੰ ਹਿੱਸਾ ਨਾ ਸਮਝਿਆ ਜਾਵੇ, ਹਿੱਸਾ ਨਾ ਸਮਝਿਆ ਜਾਵੇ। ਕੋਈ ਲੈਟਰ ਇਸ਼ੂ ਕਰਦੇ ਇੱਕ, ਜਿਵੇਂ ਪਿਰਮਲ ਧੌਲਾ ਦੇ ਬਾਰੇ ਕਰ ਦਿੱਤੀ ਹੈ, ਜਿਵੇਂ ਹੋਰਨਾਂ ਦੇ ਬਾਰੇ ਸੁਰਜੀਤ ਧਮਾਨ ਬਾਰੇ ਕਰ ਦਿੱਤੀ, ਜਿਵੇਂ ਕੇਵਲ ਢਿੱਲੋਂ ਬਾਰੇ ਕਰ ਦਿੱਤੀ ਜਾਂ ਕਿਸੇ ਹੋਰਾਂ ਦੇ ਬਾਰੇ ਇੱਕ ਲੈਟਰ ਇਸ਼ੂ ਕਰ ਦਿੱਤੀ, ਤਾਂ ਫਿਰ ਉਸੇ ਤਰ੍ਹਾਂ ਦੀ ਲੈਟਰ ਜਿਹੜੀ ਪ੍ਰਨੀਤ ਕੌਰ ਦੇ ਖਿਲਾਫ਼ ਵੀ ਕਰ ਦਿੱਤੀ ਜਾਵੇ, ਤਾਂ ਜੋ ਲੋਕਾਂ ਨੂੰ, ਲੋਕ ਤੁਹਾਨੂੰ ਦੁਬਾਰਾ ਸਵਾਲ ਹੀ ਨਾ ਪੁੱਛ ਰਹੇ ਕਿ ਪ੍ਰਨੀਤ ਕੌਰ ਕਾਂਗਰਸ 'ਚ ਹੈਗੇ ਜਾਂ ਨਹੀਂ ਹੈਗੇ, ਉਹਨਾਂ ਬਾਰੇ ਬਸ ਇੰਨਾ ਹੀ ਕਹੀ ਜਾ ਰਿਹਾ ਕਿ ਉਹਨਾਂ ਨੂੰ ਕਾਂਗਰਸ ਦਾ ਹਿੱਸਾ ਨਾ ਸਮਝਿਆ ਜਾਵੇ। ਇੱਦਾਂ ਇਹ ਕਿਹੜੀ ਗੱਲ ਹੋ ਗਈ? ਇਹ ਤਾਂ ਫਿਰ ਸੁਖਵਿੰਦਰ ਜੀ ਲੋਕਾਂ ਤੇ ਡਿਪੈਂਡ ਕਰਦਾ ਨਾ ਕਿ ਲੋਕ ਤਾਂ ਫਿਰ ਲੋਕ ਕਿਸ ਨੂੰ ਕਾਂਗਰਸ ਦਾ ਹਿੱਸਾ ਸਮਝੇ ਜਾਂ ਕਿਸੇ ਨੂੰ ਨਾ ਸਮਝੇ, ਲੋਕ ਤਾਂ ਫਿਰ ਉਹਨੂੰ ਵੀ ਪ੍ਰਧਾਨ ਨਹੀਂ ਸਮਝਣੇ। ਜੇਕਰ ਇਹੋ ਜਿਹੀ ਤਰੀਕੇ ਦੀ ਕਿਹਾ ਜਦੋਂ ਆਪਾਂ ਇਹੋ ਜਿਹੀ ਸਟੇਟਮੈਂਟ ਦੇ ਦੇਣੀ ਆ ਕਿ ਉਹ ਕਾਂਗਰਸ ਦਾ ਹਿੱਸਾ ਨਹੀਂ ਹਨ। ਸੁਖਵਿੰਦਰ ਜੀ ਗੱਲ ਇਹ ਹੈਗੀ ਆ ਕਿ ਬੀਤੇ ਦੌਰ ਦੇ ਵਿੱਚ ਜੋ ਕੁਝ ਕਾਂਗਰਸ ਦੇ ਵਿੱਚ ਹੋਇਆ, ਬੇਸ਼ੱਕ ਉਹਦੀ ਜ਼ਿੰਮੇਵਾਰ ਇਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਹੀਂ ਹਨ, ਪਰ ਅੱਜ ਦੀ ਡੇਟ ਦੇ ਵਿੱਚ, ਅੱਜ ਦੀ ਤਰੀਕ ਦੇ ਵਿੱਚ ਰਾਜਾ ਵੜਿੰਗ ਜਿਹੜੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਤੇ ਉਹਨਾਂ ਦੀ ਇਹ ਜ਼ਿੰਮੇਵਾਰੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਕਿ ਪੂਰਨ ਤੌਰ ਤੇ ਪਾਰਟੀ ਨੂੰ ਇਕੱਠਾ ਰੱਖਣ। ਹੁਣ ਪਾਰਟੀ ਨੂੰ ਜਿਸ ਤਰੀਕੇ ਨਾਲ ਆਪਾਂ ਗੱਲਾਂ ਕਰਦੇ ਹਾਂ ਕਿ ਪਾਰਟੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਧੜੇ ਨੇ, 17-18 ਵਿਧਾਇਕਾਂ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਕੁ ਜਣੇ ਗੁੱਟ ਜਿਹੜੇ ਬਣੇ ਨੇ, ਤੇ ਦੂਜੇ ਪਾਸੇ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਸਿੱਪਾ ਸਲਾਰ ਜਿਹੜੇ ਨੇ, ਇੱਕ ਵਿਧਾਇਕ ਜਿਹੜੇ ਸਾਬਕਾ ਮੰਤਰੀ ਨੇ, ਉਹ ਲੱਗੇ ਨੇ, ਤਾਂ ਫਿਰ ਆਉਂਦਿਆਂ ਦਿਨਾਂ ਦੇ ਵਿੱਚ ਜੇਕਰ ਇਹੋ ਹੀ ਹਾਲ ਰਿਹਾ, ਅੱਧੇ ਦੇ ਰਾਜਾ ਵੜਿੰਗ ਕੱਢੀ ਜਾ ਰਿਹਾ, ਅੱਧੇ ਆਪ ਛੱਡ ਕੇ ਜਿੱਦਣ ਚਲੇ ਗਏ, ਤਾਂ ਕਿਤੇ ਫਿਰ ਪੰਜਾਬ ਦੇ ਵਿੱਚ ਇੱਦਾਂ ਨਾ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਇਕੱਲਾ ਹੀ ਪ੍ਰਧਾਨ ਰਹੇ, ਜੇ ਪੁੱਛੇ ਸੈਕਟਰੀ ਕੋਲ ਉਹ ਵੀ ਇਕੱਲਾ ਹੀ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਜ਼ਰੂਰ ਇਹ ਚਾਹੀਦਾ ਕਿ ਘੱਟ ਤੋਂ ਘੱਟ ਉਹ ਵਿਅਕਤੀ ਜਿਹੜੇ ਹਰ ਮੁੱਦੇ ਤੇ ਬੋਲ ਸਕਦੇ ਆ, ਹਰ ਮੁੱਦੇ ਨੂੰ ਲੈ ਸਕਦੇ ਤੇ ਸੱਤਾਧਾਰੀ ਧਿਰ ਨੂੰ ਘੇਰ ਸਕਦੇ ਆ, ਰਾਜਾ ਵੜਿੰਗ ਨੂੰ ਉਹਨਾਂ ਵਿਅਕਤੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਪਰ ਸ਼ਾਇਦ ਰਾਜਾ ਵੜਿੰਗ ਦੀ ਇਹੋ ਹੀ ਇੱਕ ਕਮਜ਼ੋਰੀ ਹੈ ਜਾਂ ਇਹੋ ਹੀ ਅੰਦਰਲਾ ਡਰ ਹੈਗਾ ਕਿ ਕਿਤੇ ਇਹ ਜਿਹੜੇ ਵਿਅਕਤੀ ਨੇ ਉਸਨੂੰ ਡੋਮੀਨੇਟ ਨਾ ਕਰ ਜਾਣ, ਸ਼ਾਇਦ ਇਹੋ ਹੀ ਖੌਫ ਜ਼ਦਾ ਕਰਕੇ ਪ੍ਰਤਾਪ ਸਿੰਘ ਬਾਜਵੇ ਨੂੰ ਉਸ ਦਿਨ ਕਾਂਗਰਸ ਭਵਨ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ, ਸ਼ਾਇਦ ਇਹੋ ਹੀ ਕਾਰਨ ਆ ਕਿ ਸੁਖਪਾਲ ਸਿੰਘ ਖਹਿਰੇ ਦੇ ਖਿਲਾਫ਼ ਵੀ ਉਸ ਵਕਤ ਟਿੱਪਣੀ ਕੀਤੀ ਜਦੋਂ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਧਰਨਾ ਲਗਾਇਆ ਜਾਣਾ ਸੀ। ਸੋ ਕਹਿਣ ਦਾ ਅਰਥ ਇਹ ਹੈ ਕਿ ਰਾਜਾ ਵੜਿੰਗ ਨੂੰ ਇੱਕ ਅੰਦਰਲਾ ਡਰ ਆ, ਸ਼ਾਇਦ ਉਹ ਡਰ ਉਸਦੀ ਆਪਣੀ ਪ੍ਰਧਾਨਗੀ ਖੁੱਸਣ ਦਾ ਆ, ਕਿਉਂਕਿ ਉਸਦੀ ਪ੍ਰਧਾਨਗੀ ਕਾਲ ਦੇ ਵਿੱਚ ਹੀ ਕਿੰਨੇ ਕਾਂਗਰਸ ਦੇ ਸਾਬਕਾ ਵਿਧਾਇਕ, ਇੱਕ ਸਾਬਕਾ ਮੰਤਰੀ ਜਿਹੜੇ ਨੇ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਨੇ, ਤੇ ਕਈ ਹੁਣ ਜਾਣ ਨੂੰ ਤਿਆਰ ਵੀ ਹੋ ਰਹੇ ਨੇ। ਤੇ ਇਹੋ ਜਿਹੀ ਸਥਿਤੀ ਦੇ ਵਿੱਚ ਸੁਖਵਿੰਦਰ ਜੀ, ਜੇ ਉਹ ਪਰਮਲ ਸਿੰਘ ਧਨੌਲਾ ਦੀ ਕਾਰਵਾਈ ਉੱਤੇ ਕਰਦਾ, ਤਾਂ ਕੁਦਰਤੀ ਤੌਰ 'ਤੇ ਉਹਦੇ ਉੱਤੇ ਸਵਾਲ ਉੱਠਣੇ ਵਾਜਬ ਨੇ ਕਿ ਉਹ ਕਰ ਕੀ ਰਿਹਾ, ਕੀ ਉਹ ਆਪਣੀ ਪ੍ਰਧਾਨਗੀ ਠੀਕ ਤਰੀਕੇ ਨਾਲ ਨਿਭਾ ਰਿਹਾ। ਤਾਂ ਫਿਰ ਇਹੋ ਜਿਹੀ ਸਥਿਤੀ ਦੇ ਵਿੱਚ ਇਹ ਜਿਹੜੇ ਵਿਅਕਤੀ ਕੱਢੇ ਜਾ ਰਹੇ ਨੇ, ਕੱਲ੍ਹ ਨੂੰ ਕਿਉਂ ਨਾ
नवजोत सिंह सिद्धू के धड़े दे विच जाके रलणगे, क्यों ना उसका जिहड़ा काफिला होर लंबा होगा, क्योंकि अजे भी पंजाब दे विच कई साबका कांग्रसी विधायक अजे हैं जिहड़े अजे भी पटियाला जेल च जाके मिल के उन्हूं आउंदे ते इन्नी गल कहिंदे आ कि हाँ भी सिद्धू साहब तुसीं बाहर आओ ते बाहर रह के फैसला करो। जेकर सिद्धू बाहर आउंदा कांग्रेस दे विच एक मजबूत धड़ा इहो जिहे विधायकां दा जिहड़े राजा वरिंग दी तानाशाही नीतियां दा शिकार हो रहे ने, तां कुदरती तौर जेकर उधर इह व्यक्ति चले जांदे आ ते राजा वरिंग वास्ते फिर ते खास तौर ते कांग्रेस वास्ते आउंदे दिन जिहड़े ने पंजाब दे विच बड़ा अहीं कह सकदे कि गंभीरता वाले हो सकदे आ, और खास तौर ते कांग्रेस दी जिहड़ी इह फिर स्थिति बणेगी जिस तरीके की हुण बन रही आ इहदी जिम्मेवारी सिर्फ ते सिर्फ राजा वड़िंग ते जांदी आ। सुखविंदर जी एक गल आपां कर दी कि राजा वड़िंग दे इस वेले सिर्फ ते सिर्फ सुखजिंदर सिंह रंधावा उत्तों उत्तों नजर आउंदे ने, पर अंदरों उहदे नाल हैगे आ जां नहीं हैगे इस गल दा पता नहीं। बाकी प्रताप सिंह बाजवा, तृप्त रजिंदर सिंह बाजवा, होर इहो जिहे नां जिहड़े ने उह आपो आपणियां थावां ते चुप ने ते आपो आपणी थां ते गुटबंदी करके बैठे हुए ने। तां इहो जिही स्थिति दे विच जेकर तुसीं परमिंदर सिंह वर्गे बंदे नूं इह गल कह के कि पार्टी विरोधी गतिविधियां ने अपनाईयां, घट्टो घट्ट इह दस्सिया तां जाणा चाहीदा कि उहदी पार्टी विरोधी गतिविधियां है कि शायद उन्होंने कोल इस गल का जवाब नहीं, तो दूजे पासे जिहड़ी पार्टी विरोधी गतिविधियां करदे आ उन्होंने खिलाफ कार्रवाई करन दी हिम्मत जिहड़ी आ राजा वड़िंग च नहीं हैगी। स्थिति का इहो ही आ कि जिस तरह माड़े नूं भजा दो, माझे दे विच एक उदाहरण इन्नी कु बड़ी मशहूर आ सुखविंदर जी कि किसी माड़े बंदे नूं इन्ना कु कुटो कि तगड़ा वेख के डर जाए, शायद राजा वड़िंग इहो ही कर रहा कि एक उहो जिहे माड़े व्यक्ति जिहड़े माड़े विधायक ने जिहड़े दूजी पार्टियां ताए हो जिन्हां दा कांग्रेस दे विच विधायक नहीं, कोई माफ करना कांग्रेस दे विच कोई आधार नहीं, इन्ना ही कर दो उन्हां नूं बाहर कर दो कि तां जो बाकी विधायकां ते जां साबका विधायकां ते राजा वड़िंग दा डर बणिया रहे, शायद इह उन्हां दा डर बणाउण दी इक चाल हो सकदी आ, पर शायद इह उन्हां नूं रास नहीं आउणी क्योंकि जिस तरीके नाल अंदरों ही अंदर एक अग जिहड़ी आ प्रधानगी दे खिलाफ बनदी पई आ, इह समें वी इलावा जिहड़ा सुखविंदर जी जरूर छुट सकदा। बिल्कुल बिल्कुल, ਤਾਂ ਜਿਹੜੀ ਤੀਜੀ ਖਬਰ ਦੀ ਆਪਾਂ ਘਪਲੇ ਵਾਲੀ ਗੱਲ ਕਰ ਰਹੇ ਸੀ ਉਹ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਉਹ ਤੇ ਚਰਚਾ ਕਰਾਂਗੇ ਕਿਉਂਕਿ ਸਮੇਂ ਦੀ ਘਾਟ ਦੇ ਕਾਰਨ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਥੋੜੀ ਲੰਬੀ ਹੈ ਔਰ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ ਉਹਨੂੰ ਵਿਸਥਾਰ ਪੂਰਵਕ ਔਰ ਸਬੂਤਾਂ ਦੇ ਨਾਲ ਜਿਹੜੀ ਉਹਦੇ ਵਿੱਚ ਗੱਲਬਾਤ ਉਹ ਕਰਾਂਗੇ। ਤਾਂ ਫਿਲਹਾਲ ਅਣਖ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਮੈਨੂੰ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ, ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।